अच्छा जी, सुबह सुबह का टाइम आ लाइट हूँ ही आई है। दो दफा लाइट आई सी, लेकिन साढ़े चार्जर जो है गड्डी पे से अस भाई दूसरे रूम से गड्डी की चाबी उन्होंने को हूँ लाइट आई है। हम भाई को चाबी लैके चार्जर लैके आई हाँ, तो दोनों फोन चार्ज के लगाए हैं, बैटरियां बिल्कुल खत्म हो गई सी, हम लाइट आई है मुँह हाथ धोता वा ते हमारा चाय बना रही है। ते मोइज बेटे ने भूख लग गई है, मोइज बेटा खा रहा बिस्किट, ते मोइज नु राती फिर भाई चाज और भाई जी ना उपरों मम्मी जी उन्होंने को लाए सके, ते ये रो रहा सेगा इसे तरह है ना। आख मेरे नाल सुता जब पा के फिर आकर अपने पापा नाल सुता वा रस्ते कहना भाई अली नु मैं ना अपने फुफो ना सो जाऊंगा, इतने कहना ना मैं तो अपने पापा नहीं सोना। अपने पापा ना सोना जब फुफो को लोशन भी लाके मैं अपने थान लगाना। अब इसके ना गिरा दे देख जाओ तो लाइट का तो बहुत ज्यादा मसला बनया हुआ सी, शुक्र आ लाइट आ गई है। कल सारा दिन लाइट नहीं आई, तो रात मैं कहनी मैं जागती सी, टाइम सेगा चार चार का टाइम से या तीन तीन बजे से दो लाइट आई है, मैं कभी तो शुक्र लाइट आई है, फिर टूटियाँ छिका पानी आया तो मूँह हाथ धोता वा। शुक्र है सारे ने फोन चार्ज होए हैं, हाँ जी, तो सारे परेशान से, पता नहीं ऑपरेशन हो गया नहीं ना, बच्चे की कॉल आ रही है, भैन की आ रही थी, सारे हूँ भी नैट ले इन्ना सही नहीं होया, बिजली चल जाती थोड़ी देर बाद। हाँ जी मोबाइल चार्जर हो गया, नहीं ना भी होना तो गड्डी कर लेना अच्छा, नहीं पसंद आई मेरे पुत्र सही है है ਹਵਾ ਨਹੀਂ ਲੱਗਦੀ ਇੱਥੇ ਸਹੀ ਹੈ ਮੈਂ ਹੁਣ ਬੈਠਨੇ ਨਾਲ ਲਾਇਟ ਚਲੀ ਗਈ ਪਰ ਇੱਧਰ ਦਾ ਲੋਕਾਂ ਦਾ ਕੋਰੇ ਨਾਲ ਸਾਰਾ ਰਾਇਆ ਰੂਆ ਮਰ ਗਿਆ ਤੇ ਤੁਹਾਡੇ ਹਾਲ ਕਿੰਨਾ ਹੁੰਦਾ ਲੋਕਾਂ ਦੇ ਸਾਡੇ ਹਾਲ ਕੋ ਰਾਈ ਬੀਜੇ ਬਚਾ ਉਧਰ ਅਜੇ ਤਾਂ ਪਛੇਤੇ ਹੋਣੇ ਆ ਦੇਖੋ ਕੀ ਬਣਦਾ ਹੁਣ ਤੇ ਝਾੜ ਤੇ ਪਤਾ ਲੱਗੂਗਾ ਤੇ ਜਿਹੜੇ ਟਿੱਬੇ ਤੇ ਰਾਈ ਬੀਜੀ ਸੀ ਉਹ ਕੋਰਾ ਫੇ ਹੋਈ ਕਿ ਨਹੀਂ ਨਹੀਂ ਕੋਈ ਆਵਾਜ਼ ਨੂੰ ਖਾਦ ਹੀ ਨਹੀਂ ਪਾਈ ਨਾਲੇ ਨਵੀਂ ਜਗ੍ਹਾ ਨਾ ਹੁਣ ਦੋ ਤਿੰਨ ਵਾਰੀ ਬੀਜੂਗਾ ਤੇ ਫੇਰ ਸਹੀ ਹੋਣਾ गर्मी वाली फसल वैसे नहीं होती डिब्बे आस्ता आस्ता होने लगती सर्दी कणक ही होंगी काफ़ी लोग तो उत्ते चीकनी मिट्टी सटा लाते हैं ना वो फिर जबरदस्त हो जाता। लाइट आ गई मेरा ठीक मोइज बेटा पता की कहता सी कहता भी रजाइया बहुत ज्यादा निगियां हाँ जी कहता मजा आ गया सोने का हाँ जी हाँ वो भी जर्सी दी है ना बेडशीट हाँ मेरा मेरे कोरे ने ना हाथ बहुत ज्यादा खराब हो गए हाँ जी नहीं उदा मैं ज्यादातर कर दी तो नलके ही इस्तेमाल है निघा पानी हूँ नलके का वैसे भी मेरे हाथों से ना कोरे का बहुत असर हों वा अच्छा अच्छा
ਠੀਕ ਜਰਸੀ ਵੀ ਇੱਥੇ ਰੱਖੀ ਸਹੀ ਆ ਬਿਜਲੀ ਨਹੀਂ ਹੈ ਅਜਾ ਤਲਾਈ ਪਈ ਰਵੇ ਹਾਂ ਬਸ ਤਲਾਈ ਰਹਿਣ ਦੋ ਉਹ ਵੀ ਪਰਦਾ ਮੈਂ ਨਹੀਂ ਕਰਦੀ ਨਹੀਂ ਭਾਈ ਜੀ ਖਿਆਲ ਵਾਲਾ ਅੰਦਰ ਰੱਖ ਦੇਣੀ ਜਿਸ ਤਰ੍ਹਾਂ ਹਾਂ ਭਾਈ ਪਿਆਜ਼ ਭਾਈ ਨੇ ਕੱਢ ਲਿਆ ਸੀ ਮੰਜੀ ਠੀਕ ਬਹੁਤ ਆਰਾਮ ਆ ਇਹਦਾ ਅੱਛਾ ਇੱਥੇ ਫਤਿਹਪੁਰ ਲਿਆ ਸੀ ਚੌਕਾ ਅੱਛਾ ਸਹੀ ਆ ਇਹ ਬਹੁਤ ਇਹਨਾਂ ਦਾ ਫਾਇਦਾ ਇੰਨਾ ਫਾਇਦਾ ਹੈ ਨਾ ਜਿਸ ਤਰ੍ਹਾਂ ਮਰਜ਼ੀ ਅੱਛਾ ਬਹੁਤ ਵਜ਼ਨੀ ਰਜ਼ਾਈਆਂ ਫਿਰ ਵੀ ਅਸੀਂ ਕਹਿੰਦੇ ਸਰਦੀ ਸਰਦੀ ਹਾਂ ਇਹ ਵੈਲਵਟ ਦੀ ਹੈ ਨਾ ਵਜ਼ਨੀ ਜੂ ਮੋਹਿਤ ਤੁਸੀਂ ਕੀ ਕਰਦੇ ਆ ਬੇਟਾ ਫਿਆਜ਼ ਭਾਈ ਚਾਏ ਪੀ ਰਹੇ ਆ ਤਾਂ ਹੀ ਫਿਰ ਅਸੀਂ ਤੁਹਾਡਾ ਇਕੱਲੇ ਕਮਰੇ 'ਚ ਬਿਸਤਰਾ ਕੀਤਾ ਸੀ ਅੱਛਾ ਠੀਕ ਸਹੀ ਆ ਯਾਰ ਛੱਤ ਉੱਪਰ ਵਾਹਵਾ ਸਕੂਨ ਹਵਾ ਤਾਂ ਨਹੀਂ ਲੱਗਦੀ ਅੱਛਾ ਠੀਕ ਬੇਟਾ ਤੁਸੀਂ ਕੀ ਕਰਦੇ ਆ ਕਹਿੰਦਾ ਨਾ ਚਾਚੂ ਨਿਮਕੋ ਇੰਨੀ ਸਰਦੀ ਕਿਹਨੂੰ ਖਾ ਕੇ ਤੁਸੀਂ ਕੀ ਕਰਨਾ ਕੱਲ ਦੀ ਹਵਾ ਬਹੁਤ ਚੱਲ ਰਹੀ ਕੱਲ ਵੀ ਸਾਰਾ ਦਿਨ ਇਸ ਤਰ੍ਹਾਂ ਹੀ ਚੱਲੀ ਹਵਾ ਚੱਲ ਰਹੀ ਹੈ ਹਨੇਰਾ ਔਰ ਚੱਲਦਾ ਹੀ ਫਿਰ ਗਏ ਥੋੜਾ ਜਿਹਾ ਕੰਮ ਸੀਗਾ ਬਾਗ ਆਂਟੀ ਉਹਨਾਂ ਦਾ ਫੁੱਫੋ ਜੀ ਲੱਗਦੀ ਆ ਅੱਛਾ ਆ ਸਾਰੇ ਹਨੇਰਾ ਉਹਨਾਂ ਨੇ ਪਿਆਜ਼ ਲਗਾਤੇ ਆ ਅੱਛਾ ਇਹਦੇ ਵਿੱਚ ਹਾਂਜੀ ਇਹ ਜਿਹੜੇ ਉੱਥੋਂ ਉਸ ਦਿਨ ਤੁਸੀਂ ਦੇ ਕੇ ਗਏ ਸੀ ਹਾਂਜੀ ਸਹੀ ਹੋ ਘਰ ਦਾ ਖਾਣਾ ਤੇ ਇਹ ਪਿਆਜ਼ ਸੋਹਣੇ ਵਾਟੋ ਤੋਂ ਨਾ ਤੁਰੋ ਬੈਠਾ ਟੁੱਟ ਗਿਆ ਨਹੀਂ ਵਾਟੋ ਇਹ ਦੇਖੋ ਚੱਲ ਵੀ ਪਿਆ ਵਾ ਇਸ ਤਰ੍ਹਾਂ ਹੀ ਕਾਫੀ ਮਿਹਨਤ ਨਾਲ ਨਾ ਲਵਾਇਆ ਵਾ ਬਿਲਕੁਲ ਹੋ ਜਾਣੇ ਆ ਵੈਸੇ ਪਿਆਜ਼ ਆਪ ਪੀਨਾ ਹਾਂ ਸਾਰਾ ਹੀ ਲਗਾ ਲਿਆ ਜ਼ਾਇਆ ਨਹੀਂ ਕੀਤਾ ਪੀਨਾ ਇਸ ਤਰ੍ਹਾਂ ਜ਼ਿਆਦਾ ਪਿਆਜ਼ ਲੱਗ ਜਾਂਦੇ ਨਾ ਵੱਟਾਂ ਪਾ ਕੇ ਲਵ ਤੇ ਉਹ ਕੰਮ ਲੱਗਦੇ ਠੀਕ ਉਹ ਪਿਆਜ਼ ਵੱਡਾ ਹੋ ਗਿਆ ਉਹ ਲਸਣ ਆ ਬੇਟਾ ਬੇਟਾ ਲਸਣ ਆ ਦੇਖੋ ਕੋਈ ਲਸਣ ਲਗਾਇਆ ਹੋਇਆ ਮੇਥੀ ਨਹੀਂ ਲਗਾਈ ਹੋਈ ਉਹ ਪਾਲਕ ਨਹੀਂ ਲਗਾਈ ਕਹਿੰਦੇ ਪਾਲਕ ਖਾਂਦੇ ਨਹੀਂ ਸਹੀ ਮੇਰਾ ਤਾਂ ਨਾ ਮਸੰਮੀ ਖਾਣੇ ਦਿਲ ਕਰਦਾ ਮਸੰਮੀ ਮਸੰਮੀ ਉਹ ਸੀ ਥੋੜੀ ਰਹਿ ਮੋਟੇ ਨੀ ਹੋਏ ਇਹ ਕੀੜੇ ਵਾਲੇ ਬਹੁਤ ਜਿਹੜੇ ਕਿਰ ਜਾਂਦੇ ਨਾ ਫੇਸ ਤਰੀ ਹੋ ਜਾਂਦੇ ਕੱਪੜੇ ਗਿੱਲੇ ਹੋ ਜਾਣੇ ਨਾ ਕਰੋ ਬੇਟਾ ਤੁਸੀਂ ਆ ਲੈ ਮੋਹਿਤ ਪਕੜਾ ਆਪਣੀ ਮੰਮਾ ਨੂੰ ਆ ਵੀ ਪਕੜਨ ਯਾਰ ਬਸ ਕਾਫੀ ਆ ਬਸ ਤਾਜ਼ੇ ਬੰਦਾ ਤੋੜਨ ਦੀ ਜਿੰਨੀ ਜ਼ਰੂਰਤ ਆ ਇੰਨੀ ਸਰਦੀ ਆ ਤਾਂ ਜੂਸ ਤਾਂ ਪਈ
ਕਾਫੀ ਆ। ਚਲੋ ਆਓ ਚਲੀਏ। ਉਹ ਖਿਆਲ ਨਾ ਯਾਰ ਕੱਪੜੇ ਖਾਪ ਹੋ ਜਾਣੇ ਤੇਰੇ। ਉਹ ਦੇਖੋ ਕਿੰਨੇ ਕਿਸ ਤਰ੍ਹਾਂ ਮੋਈ ਸਾਰੇ ਕੱਪੜੇ ਗਿੱਲੇ ਕਰੇਗਾ। ਕਣਕ ਤੇ ਦਿੱਤੀ ਦੇਖ ਲੋ ਜਾ ਰਿਹਾ ਤੇਲ ਆ। ਕਣਕ